ਤੁਸੀਂ ਕਹਿੰਦੇ ਹੋ ਕਿ ਨੇਪਾਲੀ ਨਹੀਂ ਫੜੇ ਜਾਂਦੇ ਜੀ, ਪੁਰਾਣੀ ਹਿਸਟਰੀ ਆ, ਕਿਸੇ ਨੇ ਲਿਖਿਆ ਜੀ ਵੀ ਇਹ ਨਹੀਂ ਫੜੇ ਜਾਂਦੇ, ਇਹ ਜਦੋਂ ਜਾਂਦੇ ਆ ਇਹ ਤਾਂ ਵਾਰਦਾਤ ਕਰਕੇ ਤੇ ਭੱਜ ਜਾਂਦੇ ਆ। ਉਸ ਪਰਿਵਾਰ ਕੋਲੇ ਨੌਕਰ ਕੰਮ ਕਰਦਾ 3 ਮਹੀਨੇ ਹੋ ਗਏ ਸੀ, ਨਾ ਉਹਦੀ ਫੋਟੋ ਨਾ ਕੋਈ ਅਤਾ ਪਤਾ ਉਸ ਪਰਿਵਾਰ ਕੋਲੇ ਨਹੀਂ ਸੀ। ਫੋਟੋ ਕੋਈ ਹੈ ਨਹੀਂ ਸੀ, ਸੀਸੀਟੀਵੀ ਖਰਾਬ ਸੀ, ਪਰ ਅਸੀਂ ਫਿਰ ਉਹਦੇ ਵਿੱਚ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੁੰਦੇ ਉਹ ਵੀ ਗੱਲਾਂ ਨਹੀਂ ਵੀ ਸ਼ੇਅਰ ਕਰਦੇ। ਅਲਟੀਮੇਟਲੀ ਉਹ ਸਰਵੈਂਟ ਕਿੱਥੇ ਜਾਂਦਾ ਸੀ, ਕਿਹੜੇ ਲੋਕਾਂ ਨਾਲ ਤਾਲਮੇਲ ਸੀ, ਕਿਵੇਂ ਕਿਵੇਂ ਕਰਦੇ ਆ, ਉੱਥੋਂ ਅਸੀਂ ਲੱਭਦੇ ਆ। ਅਲਟੀਮੇਟਲੀ ਸਾਨੂੰ ਉਸੇ ਦਿਨ ਜਿਸ ਦਿਨ ਰਿਪੋਰਟਡ ਹੋਇਆ ਉਸ ਦਿਨ ਪਤਾ ਲੱਗ ਗਿਆ ਸੀ ਟੁਵਰਡ ਮੂਵਮੈਂਟ ਟੁਵਰਡ ਦਿੱਲੀ। ਸਭ ਕੁਝ ਰਿਕਵਰ ਹੋ ਗਿਆ, 100% ਰਿਕਵਰੀ ਜਿੰਨੀ ਦੱਸੀ ਗਈ ਆ ਉਹ ਇਹੀ ਆ ਵੀ ਹੁਣ ਜਦੋਂ ਪੂਰੀ ਲਿਸਟ ਆਊਗੀ ਉਦੋਂ ਪਤਾ ਲੱਗੂਗਾ, ਪਰ ਜੋ ਜਿੰਨਾ ਕੁ ਅਸੀਂ ਇਹਨਾਂ ਨੂੰ ਲਿਖਾਇਆ ਸੀ ਉਨੀ ਰਿਕਵਰੀ ਮੈਨੂੰ ਦੱਸ ਰਹੇ ਆ ਵੀ ਹੋ ਗਈ ਹੈ। ਕਰੋਗੇ ਸਾਡੀ ਤੁਹਾਡੇ ਤੇ ਨਿਗਾਹ, ਦੇਰ ਹੋ ਸਕਦੀ ਆ ਪਰ ਇਹ ਨਹੀਂ ਹੋ ਸਕਦਾ ਵੀ ਤੁਸੀਂ ਫੜੇ ਨਾ ਜਾਓ। ਬੜੀ ਇੰਟਰਸਟਿੰਗ ਗੱਲ ਸ਼ੇਅਰ ਕਰਦਾ, ਮੈਂ ਸਾਰੇ ਪੇਪਰ ਦੇ ਮੈਨੂੰ ਕਟਿੰਗ ਭੇਜੀਆਂ ਤੇ ਇੱਕ ਇੱਥੇ ਔਰਾ ਕ੍ਰੀਏਟ ਹੋਇਆ ਹੋਇਆ, ਮਤਲਬ ਪੁਰਾਣਾ ਨੇਪਾਲੀ ਨਹੀਂ ਫੜੇ ਜਾਂਦੇ। ਇਹ ਤੁਹਾਡੇ ਲਈ, ਤੁਸੀਂ ਇਸ ਖਬਰ ਨੂੰ ਦੇਖਦੇ ਹੋ, ਮੈਂ ਤੁਹਾਨੂੰ ਹੋਰ ਖਬਰ ਦੱਸਣ ਲੱਗਿਆ। ਤੁਸੀਂ ਕਹਿੰਦੇ ਹੋ ਵੀ ਨੇਪਾਲੀ ਨਹੀਂ ਫੜੇ ਜਾਂਦੇ ਜੀ, ਪੁਰਾਣੀ ਹਿਸਟਰੀ ਆ, ਕਿਸੇ ਨੇ ਲਿਖਿਆ ਜੀ ਵੀ ਇਹ ਨਹੀਂ ਫੜੇ ਜਾਂਦੇ, ਇਹ ਜਦੋਂ ਜਾਂਦੇ ਆ ਇਹ ਤਾਂ ਵਾਰਦਾਤ ਕਰਕੇ ਤੇ ਭੱਜ ਜਾਂਦੇ ਆ। ਤੁਹਾਡੇ ਨਾਲ ਇੱਕ ਜਿਹੜੇ ਸਾਬਕਾ ਮੰਤਰੀ ਜਗਦੀਸ਼ ਗਰਚਾ ਜੀ ਹੈ, ਉਹਨਾਂ ਦੇ ਘਰੇ ਜਿਹੜੀ ਵਾਰਦਾਤ ਹੋਈ ਸੀ ਉਹ ਅਸੀਂ ਜਿਹੜੇ ਆ ਉਹ 17-18 ਦੀ ਰਾਤ ਨੂੰ ਵਾਰਦਾਤ ਹੋਈ ਸੀ, 18 ਸਵੇਰੇ ਰਿਪੋਰਟ ਕੀਤਾ ਸੀ ਤੇ ਉੱਥੇ ਬਹੁਤ ਸਾਰੇ ਪ੍ਰੈਸ ਵਾਲੇ ਸਾਥੀ ਵੀ ਮੈਨੂੰ ਉੱਥੇ ਮਿਲੇ ਸੀ ਤੇ ਉੱਥੇ ਦੱਸਿਆ ਸੀ ਵੀ ਅਸੀਂ ਆ ਗਏ ਆ ਮੌਕੇ ਤੇ, ਅਸੀਂ ਮੌਕੇ ਤੋਂ ਤਫਤੀਸ਼ ਸ਼ੁਰੂ ਕਰ ਲਈ। ਪਰ ਸਾਡੇ ਲਈ ਜਿਹੜੀ ਸਭ ਤੋਂ ਔਖੀ ਗੱਲ ਇਹ ਸੀ, ਉਸ ਪਰਿਵਾਰ ਕੋਲੇ ਨੌਕਰ ਕੰਮ ਕਰਦਾ 3 ਮਹੀਨੇ ਹੋ ਗਏ ਸੀ, ਨਾ ਉਹਦੀ ਫੋਟੋ ਨਾ ਕੋਈ ਅਤਾ ਪਤਾ ਉਸ ਪਰਿਵਾਰ ਕੋਲੇ ਨਹੀਂ ਸੀ ਤੇ ਚੈਲੰਜ ਇਹ ਸੀ ਵੀ 3 ਮਹੀਨੇ ਤੋਂ ਕੰਮ ਕਰਦਾ। ਅਸੀਂ ਪਹਿਲਾਂ ਸਟ੍ਰੈਸ ਫੋਨ ਕੀਤਾ ਫੈਮਿਲੀ ਵੱਲੋਂ, ਜਿਹੜਾ ਕੋਈ ਉਹਦੀ ਇਨਫੋਰਮੇਸ਼ਨ ਮਿਲੇ ਤੇ ਅਸੀਂ ਇਨਫੋਰਮੇਸ਼ਨ ਦੇ ਮੁਤਾਬਕ ਉਹਨੂੰ ਡਿਵੈਲਪ ਕਰੀਏ, ਬਟ ਉਹ ਨਹੀਂ, ਪਰਿਵਾਰ ਕੋਲੋਂ ਨਹੀਂ ਮਿਲ ਸਕੀ। ਫਿਰ ਦੂਜਾ ਇਹ ਸੀ ਜਗਦੀਸ਼ ਗਰਚਾ ਜੀ ਜਿਹੜੇ ਸੀਨੀਅਰ ਅਕਾਲੀ ਨੇਤਾ ਰਹੇ ਆ, ਸਾਬਕਾ ਮੰਤਰੀ ਵੀ ਰਹੇ ਆ, ਸਾਡਾ ਮੇਨ ਕੰਸਰਨ ਇਹ ਸੀ ਵੀ ਉਹਨਾਂ ਦੀ ਲਾਈਫ ਨੂੰ ਕੁਛ ਨਾ ਹੋ ਜਾਵੇ। ਅਸੀਂ ਉਹਦੇ 'ਚ ਜੋ ਆਪਦਾ ਬੈਸਟ ਪੋਸੀਬਲ ਕਰ ਸਕਦੇ ਹਾਂ, ਜੋ ਡਾਕਟਰ ਨਾਲ ਤਾਲਮੇਲ ਕਰਕੇ, ਜਿਹੜੇ ਜਿਹੜੇ ਹੋਸਪਿਟਲ ਉੱਥੋਂ ਕਰਕੇ, ਈਵਨ ਉਹਨਾਂ ਦੇ ਅੱਗੇ DMC ਦੀਆਂ ਵੀ ਟੀਮਾਂ ਤਿਆਰ ਕਰਕੇ, ਕਿਉਂਕਿ ਸਾਡੇ ਲਈ ਮੇਨ ਮਕਸਦ ਇਹ ਸੀ ਲਾਈਫ ਇਜ਼ ਮੋਰ ਇੰਪੋਰਟੈਂਟ, ਤੇ ਅਸੀਂ ਉਹ ਟੀਮਸ ਤਿਆਰ ਕਰਕੇ ਉੱਥੋਂ ਵੀ ਵੇਟਿੰਗ ਸੀ ਐਮਰਜੈਂਸੀ ਦੇ ਵਿੱਚ ਸਾਰੀਆਂ ਟੀਮਸ ਨੂੰ ਅਸੀਂ ਲਾਇਆ ਸੀ, ਕਿਉਂਕਿ ਇੱਕ ਸੀਨੀਅਰ ਤੇ ਬਜ਼ੁਰਗ ਨੇਤਾ ਉਹਨਾਂ ਦੀ 87 ਈਅਰ ਦੇ ਏਜ ਸੀ। 4 ਮੈਂਬਰਾਂ ਨੂੰ ਜ਼ਹਿਰ ਦਿੱਤੀ ਸੀ, 3 ਨੂੰ ਹੋਸ਼ ਆ ਗਈ ਸੀ ਤੇ ਗਰਚਾ ਜਿਹੜੇ ਜਗਦੀਸ਼ ਗਰਚਾ ਉਹਨਾਂ ਨੂੰ ਹੋਸ਼ ਨਹੀਂ ਆਈ ਸੀ ਤੇ ਸਾਡਾ ਕੰਸਰਨ ਇਹ ਸੀ ਵੀ ਹੋਸ਼ ਆ ਜੇ। ਚਲੋ ਉਹ ਰੱਬ ਦੀ ਮਿਹਰ ਹੋਈ, ਉਹਨਾਂ ਨੂੰ ਹੋਸ਼ ਆ ਗਈ, ਉਹ ਤੰਦਰੁਸਤ ਆ ਪਰਿਵਾਰ ਵੱਲੋਂ ਦੱਸਿਆ ਗਿਆ। ਨੇੜ-ਤੇੜ ਦੇ CCTV ਖਰਾਬ ਸੀ, ਫੋਟੋ ਕੋਈ ਹੈ ਨਹੀਂ ਸੀ, CCTV ਖਰਾਬ ਸੀ, ਪਰ ਅਸੀਂ ਫਿਰ ਉਹਦੇ ਵਿੱਚ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੁੰਦੇ ਉਹ ਕੋਈ ਗੱਲਾਂ ਨਹੀਂ ਵੀ ਸ਼ੇਅਰ ਕਰਦੇ। ਅਲਟੀਮੇਟਲੀ ਉਹ ਸਰਵੈਂਟ ਕਿੱਥੇ ਜਾਂਦਾ ਸੀ, ਕਿਹੜੇ ਲੋਕਾਂ ਨਾਲ ਤਾਲਮੇਲ ਸੀ, ਕਿਵੇਂ ਕਿਵੇਂ ਕਰਦੇ ਆ, ਉੱਥੋਂ ਅਸੀਂ ਲੱਭਦੇ ਆ। ਅਲਟੀਮੇਟਲੀ ਸਾਨੂੰ ਉਸੇ ਦਿਨ ਜਿਸ ਦਿਨ ਰਿਪੋਰਟਡ ਹੋਇਆ ਉਸ ਦਿਨ ਪਤਾ ਲੱਗ ਗਿਆ ਸੀ ਟੁਵਰਡ ਮੂਵਮੈਂਟ ਟੁਵਰਡ ਦਿੱਲੀ। ਉੱਥੇ 2 ਪਾਰਟੀਆਂ ਸਾਡੀਆਂ ਦਿੱਲੀ ਦੇ ਵਿੱਚ ਸੀ ਤੇ ਅਸੀਂ ਕੱਲ ਸਾਨੂੰ ਕਾਮਯਾਬੀ ਮਿਲੀ ਦਿੱਲੀ ਪੁਲਿਸ ਦੀ ਮਦਦ ਦੇ ਨਾਲ। ਅੱਜ ਮੇਰੇ ਫਾਦਰ ਹੀ ਇਜ਼ ਫੁੱਲੀ ਰਿਕਵਰਡ, ਬਹੁਤ ਮਤਲਬ ਅਪ ਲਿਫਟਡ ਸਪਿਰਿਟ 'ਚ ਨੇ, ਉਹਨਾਂ ਦੇ ਸਾਰੇ ਵਾਈਟਲਸ ਠੀਕ ਨੇ ਔਰ ਉਹਨਾਂ 'ਤੇ ਕੋਈ ਇਫੈਕਟ ਨਹੀਂ ਹੈ। ਮਤਲਬ ਇੰਨਾ ਹੀ ਆ ਵੀ ਉਹ ਆਕਸੀਜਨ ਤਾਂ ਹੈ ਹਲੇ ਲੱਗੀ ਹੋਈ, ਪਰ ਉਹ ਹਰੇਕ ਬੰਦੇ ਨੂੰ ਰੈਕੋਗਨਾਈਜ਼ ਕਰਦੇ। ਸਭ ਕੁਝ ਰਿਕਵਰ ਹੋ ਗਿਆ, 100% ਰਿਕਵਰੀ ਜਿੰਨੀ ਦੱਸੀ ਗਈ ਆ ਉਹ ਇਹੀ ਆ ਵੀ ਹੁਣ ਜਦੋਂ ਪੂਰੀ ਲਿਸਟ ਆਊਗੀ ਉਦੋਂ ਪਤਾ ਲੱਗੂਗਾ, ਪਰ ਜੋ ਜਿੰਨਾ ਕੁ ਅਸੀਂ ਇਹਨਾਂ ਨੂੰ ਲਿਖਾਇਆ ਸੀ ਉਨੀ ਰਿਕਵਰੀ ਮੈਨੂੰ ਦੱਸ ਰਹੇ ਆ ਵੀ ਹੋ ਗਈ ਹੈ। ਸਰ ਇੱਕ ਕਹਿੰਦਾ CP ਸਾਹਿਬ ਨੇ ਇਹ ਵੀ ਕਿਹਾ ਵੀ ਤੁਹਾਡੇ ਕੋਲ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀਗੀ, ਆਪਣੀ ਵੀ ਗਲਤੀ ਸੀ ਕੁਛ ਨਾ ਕੁਛ? ਦੇਖੋ ਗਲਤੀ ਦੀ ਗੱਲ ਇਹ ਆ, ਅਸੀਂ ਹਰੇਕ ਡੋਮੈਸਟਿਕ ਹੈਲਪ ਦੀ
पुलिस वेरीफिकेशन कराने आधार कार्ड लैने बैंक अकाउंट लैने पर यह जो बंदा सी क्योंकि ये प्लांटेड सी ही मेड इट श्योर बई असी यदि वो करा ना सकी दो बार मंगया भी ये तो पर यह गल साड़ी अणगहली आ जे वो नहीं भी दे रहा सी सानू इंसिस्ट करना चाहिदा सी और साड़ी तो यह बेनती है सारिया जिन्हें लुधियाना निवासी है भी पुलिस की सानू हेल्प करनी चाहिए जिहड़ियां उन्हां दियां गाइडलाइनस ने फॉलो करनी चाहिए और वेरीफिकेशन जरूर करवानी चाहिए। हाँ जी हाँ बिल्कुल जे वेरीफिकेशन हुई होगी एक्सीडेंट कितों होगा जी जे असी कराई होंगी तो यह होंगे ही नहीं सी सानू पता लग जाता सी पहले ही फड़िया जाना सी उन्हें।